महला पंजवा उद्यम करत आनंद पहिया सिमरत सुख सार जप जप नाम गोविंद का पूर्ण विचार चरण कमल गुर के जप तो हर जप हो जीवा पार ब्रह्म आराद ते मुख अमृत पीवा रहाओ जी जंत सब सुख बसे सब कै मन लोच पर उपकार नित चितवते नाही कछ पोच तन सो थान बसंत तन जह जपिए नाम कथा कीर्तन हर अत कणा सुख सहज बिसराम मन ते कदे ना बिसरे अनाथ के नाथ नानक प्रभ शरणागति जाके सब किश हाथ नानक प्रभ शरणागति जाके सब किश हाथ शब्द गुरु साहिब श्री गुरु ग्रंथ साहिब महाराज सच्चे पातशाह जी दी बख्शिश कृपा सदका जुड़ बैठे गुरु प्यारियो आप सारे बड़भागे हो मालक जी दी कृपा हुई है सत संगत दियां अमोलक घड़ियां प्राप्त हुईयां आओ गुरबाणी विचार आरंभ करिए सबने बोलना जी आख्यो वाहिगुरु जी का खालसा वाहिगुरु जी की फतेह। अज दा पावन शब्द पंचम पातशाह धन श्री गुरु अर्जन देव महाराज उन्हां वल्लों उचारण कीता गया है बड़े प्यार दे विच आप सारी संगत ने सुनिया पढ़िया जो रहा उहदा बंद है उस पावन बंद विच की गुरदेव पातशाह जी जिक्र करदे ने चरण कमल गुर के जपत हर जप हों जीवा चरण कमल गुर के जपत हर जप हों जीवा फिर कहिंदे ने पार ब्रह्म आराद ते पार ब्रह्म परमेश्वर परमात्मा आराद ते उनु आराधन दे नाल मुख अमृत पीवां जदों मैं मालक परमेश्वर नूं ध्यांदा ना याद करदा उहदी आराधना करदा हां तां मेरे मुख दे विच मानो मानो मन लवो अमृत बहण लग गया। अमृत की है क्योंकि अमृत साड़ी जिंदगी नूं अमर कर देण वाली दात दा नाम है। भोजन भी अमर कर दिंदा जिंदगी दिंदा पानी भी दुध भी जो भी वस्तु दे नाल साडा शरीरक लेवल दे तलते कुछ बख्शिशां ने ना जुड़िया हुआ सिस्टम वो सब कुछ ही अमृत है।
ਬਾਕੀ ਰਹੀ ਗੱਲ ਰੂਹ ਦੀ ਖੁਰਾਕ, ਰੂਹ ਦੀ ਖੁਰਾਕ ਹੈ ਬਾਣੀ, ਰੂਹ ਦੀ ਖੁਰਾਕ ਹੈ ਸਿਮਰਨ, ਤੇ ਫਿਰ ਰੂਹ ਦੀ ਖੁਰਾਕ ਸਿਮਰਨ ਬਾਣੀ ਦੇ ਨਾਲ ਵੀ ਅਸੀਂ ਆਪਣੇ ਆਪ ਨੂੰ ਅਮਰ ਕਰ ਦੇਣ ਵਾਲਾ ਨਾਮ ਜਲ ਸਕਦੇ ਹਾਂ। ਇੱਕ ਕੌਮੀ ਅੰਮ੍ਰਿਤ ਹੈ ਜਿਹਨੂੰ ਆਪਾਂ ਪੰਜ ਪਿਆਰਿਆਂ ਪਾਸੋਂ ਪ੍ਰਾਪਤ ਕਰਦੇ ਹਾਂ। ਇਹਦੇ ਬਾਰੇ ਤੁਸੀਂ ਬਹੁਤ ਜਾਣਦੇ ਹੋ। ਕਿਹਨੂੰ ਆਪਾਂ ਖੰਡੇ ਕੀ ਪੋਹਲ ਵੀ ਕਹਿੰਦੇ ਹਾਂ, ਖੰਡੇ ਕੀ ਪੋਹਲ। ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਹੇ ਭਾਈ ਤੂੰ ਇੱਕ ਇਹ ਗੱਲ ਧਿਆਨ ਵਿੱਚ ਰੱਖੀ ਵੀ ਪ੍ਰਭੂ ਪਰਮਾਤਮਾ ਨੂੰ ਅਰਾਧਿਆ ਕਰ। ਸਭ ਤੋਂ ਪਹਿਲਾਂ ਤਾਂ ਇਹ ਕੰਮ ਜ਼ਰੂਰ ਕਰਿਆ ਕਰ। ਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਧਿਆਨ ਧਰਿਆ ਕਰ। ਜਿਉਂ ਜਿਉਂ ਉਹ ਪਰਮਾਤਮਾ ਨੂੰ ਤੂੰ ਅਰਾਧਦਾ ਜਾਵੇਂਗਾ ਨਾ, ਯਾਦ ਕਰਦਾ ਜਾਵੇਂਗਾ, ਉਹਦੀ ਯਾਦ ਵਿੱਚ ਰੋਜ਼ ਹੋਰ 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 ਬਹਿੰਦਾ ਜਾਵੇਂਗਾ, ਬਖਸ਼ਿਸ਼ ਹੁੰਦੀ ਜਾਵੇਗੀ ਅਤੇ ਸਾਡੇ ਜੀਵਨ ਵਿੱਚ ਅੰਮ੍ਰਿਤ ਦੇ ਝਰਨੇ ਵਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਹ ਹਿੰਮਤ ਕਰਨੀ ਔਖੀ ਹੈ, ਬਸ ਇੰਨਾ ਕੀ ਕੰਮ ਆ। ਹਿੰਮਤ ਕਰਨੀ ਮਤਲਬ ਗੁਰੂ ਨਾਲ ਜੁੜਨ ਦੀ ਹਿੰਮਤ ਕਰਨੀ ਵੀ ਬਹੁਤ ਔਖੀ ਆ ਭਾਈ। ਨਹੀਂ ਤਾਂ ਆਪਾਂ ਰੋਜ਼ ਪੜ੍ਹਦੇ ਹਾਂ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਤੇਰੀ ਬਾਣੀ ਅਮਰ ਕਰ ਦੇਣ ਵਾਲੀ ਹੈ। ਸੁਣ ਸੁਣ ਹੋਵੇ ਪਰਮਗਤ ਮੇਰੀ, ਪਰਮਗਤ ਹੇ ਪ੍ਰਭੂ ਪਰਮਾਤਮਾ ਜੀ ਆਪ ਬਖਸ਼ਿਸ਼ ਕਰੋ, ਕਿਰਪਾ ਕਰੋ, ਮੇਰੇ ਜੀਵਨ ਦੀ ਪਰਮਗਤੀ ਉੱਚਾ ਰੁਤਬਾ ਉੱਚਾ ਰੈਂਕ ਮਿਲ ਜਾਵੇ। ਕਦੋਂ ਮਿਲੇਗਾ? ਜਦੋਂ ਅੰਮ੍ਰਿਤਮਈ ਬਾਣੀ ਨਾਲ ਜੁੜ ਗਿਆ, ਟੁੱਟ ਕੇ ਨਹੀਂ। ਟੁੱਟੇ ਹੁੰਦਾ ਸਾਕਤ ਕਿਹਾ, ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਇਹ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਰਸ ਥੋੜ੍ਹੀ ਜਾਣ ਸਕਦਾ, ਨਾ ਨਾ ਸਾਕਤ ਨਹੀਂ ਜਾਣਦਾ, ਟੁੱਟਿਆ ਹੋਇਆ ਜੀਵ ਨਹੀਂ ਜਾਣਦਾ, ਜੁੜਿਆ ਹੋਇਆ। ਬਖਸ਼ਿਸ਼ ਜੁੜੇ ਤੇ ਆ, ਟੁੱਟੇ ਤੇ ਨਹੀਂ। ਟੁੱਟਿਆ ਘੜਾ ਨਹੀਂ ਪਸੰਦ, ਟੁੱਟੀ ਕੰਧ ਨਹੀਂ ਪਸੰਦ, ਟੁੱਟਿਆ ਕੁਝ ਵੀ ਨਹੀਂ ਪਸੰਦ, ਬਸ ਕਹਿ ਲਓ ਮਨੁੱਖ ਨੂੰ ਟੁੱਟਿਆ। ਤੇ ਫਿਰ ਟੁੱਟਿਆ ਮਨੁੱਖਾ ਜੀਵ ਵੀ ਸਾਨੂੰ ਪਸੰਦ ਨਹੀਂ ਆਉਣਾ ਚਾਹੀਦਾ। ਨਿਗਾਹ ਮਾਰ ਕੇ ਵੇਖੀਏ, ਪਹਿਲਾਂ ਤਾਂ ਅਸੀਂ ਖੋਤਾ ਨੀ ਟੁੱਟੇ ਵਾ, ਜੇ ਟੁੱਟੇ ਵੇ ਤਾਂ ਜੋੜਨ ਦਾ ਯਤਨ ਕਰੀਏ। ਤੇ ਜੇ ਸਾਨੂੰ ਪਸੰਦ ਨਹੀਂ ਹੈ ਟੁੱਟਿਆ ਹੋਇਆ ਇਹ ਜੀਵਨ, ਤੇ ਫਿਰ ਮੰਨ ਲਓ ਵੀ ਸਾਨੂੰ ਅਮਰ ਦੀ ਦਾਤ ਨਹੀਂ ਮਿਲੇਗੀ, ਉੱਚਾ ਰੁਤਬਾ ਉੱਚਾ ਰੈਂਕ ਨਹੀਂ ਪ੍ਰਾਪਤ ਹੋਵੇਗਾ। ਇਸੇ ਕਰਕੇ ਕਿਹਾ ਗਾ ਅੰਮ੍ਰਿਤ ਬਾਣੀ ਮਿੱਠੀ ਧਾਰ, ਜਿਨ ਪੀਤੀ ਜਿਨ੍ਹਾਂ ਨੇ ਪੀ ਲਈ ਤੇ ਸਮੋਖ ਦੁਆਰ, ਉਹਨਾਂ ਨੂੰ ਬਹੁਤ ਕੁਛ ਮਿਲ ਗਿਆ, ਭਾਵ ਉਹਨਾਂ ਦੀ ਜ਼ਿੰਦਗੀ 'ਚ ਮੋਖ ਮੁਕਤੀ ਦੀ ਪ੍ਰਾਪਤੀ ਹੋ ਗਈ। ਮੋਖ ਔਰ ਮੁਕਤੀ, ਭਾਵ ਵਿਸ਼ੇ ਵਿਕਾਰਾਂ ਤੋਂ ਬੰਧਨਾਂ ਤੋਂ ਆਜ਼ਾਦ ਹੋ ਗਏ। ਅੰਮ੍ਰਿਤਮਈ ਬਾਣੀ ਨੇ ਉਹਨਾਂ ਦਾ ਜੀਵਨ ਨਵੇਕਲਾ ਬਣਾ ਦਿੱਤਾ, ਖਾਲਸ ਬਣਾ ਦਿੱਤਾ, ਨਰੋਲ ਬਣਾ ਦਿੱਤਾ। ਇਸੇ ਕਰਕੇ ਪਾਤਸ਼ਾਹ ਨੇ ਕਿਹਾ ਗਾ ਚਰਨ ਕਮਲ ਗੁਰ ਕੇ ਜਪਤ, ਗੁਰੂ ਦੇ ਚਰਨ ਕਮਲਾਂ ਨੂੰ ਜਪਿਆ ਕਰ, ਰੋਜ਼ ਜੁੜਿਆ ਕਰ। ਫਿਰ ਅੱਗੇ ਕਹਿੰਦੇ ਨੇ ਹਰ ਜਪ ਹਉ ਜੀਵਾ, ਜ਼ਿੰਦਗੀ ਪਰਮਾਤਮਾ ਨੂੰ ਜਪਣ ਜਾ। ਹਰ ਹਉ ਜੀਵਾ, ਹਰੀ ਨਾਲ ਜੁੜ ਕੇ ਹੀ ਮੇਰੀ ਜ਼ਿੰਦਗੀ ਹੈ, ਟੁੱਟ ਕੇ ਨਹੀਂ। ਪਾਰ ਬ੍ਰਹਮ ਅਰਾਧ ਤੇ, ਪਾਰ ਬ੍ਰਹਮ ਪ੍ਰਭੂ ਪਰਮਾਤਮਾ ਅਰਾਧ ਤੇ, ਜਿਨ੍ਹਾਂ ਨੇ ਉਹਨੂੰ ਅਰਾਧਿਆ। ਮੁੱਖ ਅੰਮ੍ਰਿਤ ਪੀਵਾ, ਉਹੀ ਹੀ ਭਾਵ ਇਹ ਮਨੁੱਖਾ ਜ਼ਿੰਦਗੀ ਵਿੱਚ ਰਹਿੰਦਿਆਂ ਹੋਇਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ, ਮਤਲਬ ਅਮਰ ਹੋਣ ਵਾਲਾ ਜੀਵਨ ਪ੍ਰਾਪਤ ਕਰ ਲੈਂਦੇ ਨੇ, ਰਹਾਉ। ਫਿਰ ਪਾਤਸ਼ਾਹ ਜੀ ਕਹਿੰਦੇ ਇਸ ਕੰਮ ਦਾ ਤੂੰ ਰੋਜ਼ ਉਪਰਾਲਾ ਕਰਿਆ ਕਰ ਭਾਈ, ਉਪਰਾਲਾ। ਇਹ ਗੱਲ ਧਿਆਨ ਵਿੱਚ ਰੱਖਿਓ, ਜਿਸ ਵਾਹਿਗੁਰੂ ਦੀ ਪਰਮਾਤਮਾ ਦੀ ਗੱਲ ਹੋ ਰਹੀ ਆ ਉਹ ਖੁਦ ਬਹੁਤ ਉਪਰਾਲੇ ਵਾਲਾ ਰੱਬ ਪਰਮਾਤਮਾ,
ਬਹੁਤ ਉਪਰਾਲੇ ਵਾਲਾ ਰੱਬ ਆ। ਠੀਕ ਆ ਭਾਵੇਂ ਦੀਂਦਾ ਨਹੀਂ ਪਰ ਉਹਦੇ ਕੰਮ ਦੀਂਦੇ ਨੇ, ਤੇ ਜਿਨ੍ਹਾਂ ਬੰਦਿਆਂ ਦੇ ਕੰਮ ਬੜੀ ਛੇਤੀ ਹੁੰਦੇ ਹੋਣ ਤੇ ਬੜੀ ਤੇਜ਼ੀ ਨਾਲ ਨਿਬੜਦੇ ਹੋਣ, ਉਹਨਾਂ ਮਨੁੱਖਾਂ ਨੂੰ ਅਕਸਰ ਆਪਾਂ ਵੀ ਕਹਿ ਦਿੰਦੇ ਬਾਹਲੇ ਜ਼ਿਆਦੇ ਉਪਰਾਲੇ ਵਾਲੇ ਬੰਦੇ ਨੇ ਭਾਈ, ਇਹਨਾਂ ਤਾਂ ਹੋਣਾ ਮੁਸ਼ਕਿਲ, ਆਪਾਂ ਵੀ ਕਹਿ ਦਿੰਦੇ ਹਾਂ ਚਲੋ ਹੁਣ ਵਾਰਿਸ ਦੇ ਦਿਨ ਨੇ, ਆਪਾਂ ਹੀ ਦੇਖ ਲਓ ਰੱਬ ਕਿੰਨੇ ਕੁ ਉਪਰਾਲੇ ਵਾਲਾ ਗਾ। ਜਿਹੜੇ ਬੱਦਲ ਆ ਨਾ ਬੱਦਲ, ਉਹਨਾਂ ਬੱਦਲਾਂ ਦੇ ਵਿੱਚ ਪਾਣੀ ਦੀ ਕੋਈ ਤੁਲਾਈ ਨਹੀਂ ਕੀਤੀ ਜਾ ਸਕਦੀ ਵੀ ਕਿੰਨੇ ਟਨ ਇੱਕ ਬੱਦਲ 'ਚ ਪਾਣੀ ਆ, 1000 ਟਨ, 2000 ਟਨ ਕਿ 1,00,000 ਟਨ, ਉਸ ਪਾਣੀ ਨੂੰ ਤੋਲਿਆ ਨਹੀਂ ਆ। ਅੱਛਾ ਉਸ ਬੱਦਲ ਦੇ ਨਾਲ ਇੱਕ ਟੋਭਾ ਭਰ ਜੂ ਨਾ, ਕੀ ਕੁਛ ਭਰ ਜੂਗਾ ਉਹ ਆਪ ਜੀ ਨੂੰ ਪਤਾ ਵੀ ਕੋਈ ਥਾਂ ਰਹਿਣੀ ਹੀ ਨਹੀਂ ਜਿਹੜੀ ਨਾ ਰਮੇ ਨਾ ਭਿੱਜੇ ਨਾ ਉਹ ਬੱਦਲ ਦੇ ਪਾਣੀ ਨਾਲ ਗਿੱਲੀ ਹੋਵੇ। ਕਿੰਨਾ ਕੁ ਪਾਣੀ ਆ ਪਤਾ ਹੀ ਨਹੀਂ, ਅਣਗਿਣਤ ਟਣਾਂ ਦੇ ਹਿਸਾਬ ਨਾਲ ਪਾਣੀ ਆ, ਅਣਗਿਣਤ ਟਣਾਂ ਦੇ ਹਿਸਾਬ ਨਾਲ। ਤੇ ਰੱਬ ਹਿੰਮਤ ਹੀ ਕਿੱਡਾ ਗਾ, ਇੱਕ ਮਿੰਟ ਦੇ ਵਿੱਚ ਹੀ ਇੱਕ ਸੂਬੇ ਚੋਂ ਦੂਜੇ ਸੂਬੇ ਚ ਉਹਨਾਂ ਅਣਗਿਣਤ ਵਜਣ ਵਾਲੇ ਬੱਦਲਾਂ ਨੂੰ ਲੈ ਜਾਂਦਾ, ਅਣਗਿਣਤ ਵਜਣ ਵਾਲੇ ਬੱਦਲਾਂ ਨੂੰ ਲੈ ਜਾਂਦਾ। ਹੁਣ ਰਾਜਸਥਾਨ ਵਿੱਚ ਸੀ, ਥੋੜੇ ਟਾਈਮ ਨੂੰ ਹਿਮਾਚਲ 'ਚ, ਥੋੜੇ ਟਾਈਮ ਨੂੰ ਭਾਵ ਫਲਾਨੇ ਥਾਂ, ਥੋੜੇ ਟਾਈਮ ਨੂੰ ਇੱਧਰ, ਥੋੜੇ ਠਾਮ ਨੂੰ ਉੱਧਰ, ਕਿਵੇਂ ਉਹ ਬੱਦਲਾਂ ਨੂੰ ਘੁਮਾਉਂਦਾ ਤੁਰਿਆ ਫਿਰਦਾ। ਕੋਈ ਟਾਇਰ ਨਹੀਂ, ਕੋਈ ਟਰੈਕਟਰ ਨਹੀਂ, ਕੋਈ ਗੱਡੀ ਨਹੀਂ, ਕੋਈ ਕਿਸੇ ਤਰ੍ਹਾਂ ਦਾ ਉਹਨੇ ਸਾਧਨ ਨਹੀਂ ਬਣਾਇਆ, ਆਪਣੇ ਹੱਥਾਂ ਦੀ ਘੁਮਾਈ ਜਾਂਦਾ, ਉਂਗਲ ਤੀ ਘੁਮਾਈ ਜਾਂਦਾ। ਇਹ ਰੱਬ ਦੀ ਹਿੰਮਤ ਆ, ਉਪਰਾਲਾ, ਜੋ ਚਾਹੇ ਉਹ ਕਰਦਾ ਗਾ ਬਸ। ਠੀਕ ਹੈ ਨਾ, ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆਪਾਂ ਵੇਖਿਆ ਸੀ ਪਹਿਲਾਂ ਤਾਂ ਸਾਡਾ ਰੱਬ ਪਰਮਾਤਮਾ ਬਹੁਤ ਵੱਡਾ ਹਿੰਮਤੀ ਆ, ਉਪਰਾਲੇ ਵਾਲਾ, ਜਿਹਨੂੰ ਅਸੀਂ ਯਾਦ ਕਰਨਾ। ਤੇ ਜਿਹੜਾ ਗੁਰੂ ਕਹਿ ਰਿਹਾ ਵੀ ਤੂੰ ਰੱਬ ਪਰਮਾਤਮਾ ਨੂੰ ਯਾਦ ਕਰ, ਉਹ ਗੁਰੂ ਵੀ ਸਾਡਾ ਹਿੰਮਤੀ ਆ ਭਾਈ। ਇੰਨਾ ਚਲੋ ਤੁਸੀਂ ਸਾਰੇ ਜਾਣਦੇ ਹੋ, ਸਾਡੇ ਗੁਰੂ ਵਰਗਾ ਹਿੰਮਤੀ ਕੌਣ ਹੋ ਸਕਦਾ, ਹਨਾ, ਕੌਣ ਹੋ ਸਕਦਾ, ਕੋਈ ਵੀ ਨਹੀਂ। ਇੱਥੇ ਤਾਂ ਗੁਰੂ ਸਾਹਿਬ ਨੇ ਲਿਖਿਆ ਉਦਮ ਕਰਤ, ਕਹਿੰਦੇ ਉਪਰਾਲੇ ਵਿੱਚ ਤੇ ਉਦਮ ਦੇ ਵਿੱਚ ਸਕੂਨ ਆ, ਸਰੂਰ ਆ। ਦੇਖੋ ਹੁਣ ਜੇ ਆਪਾਂ ਸਵਾਲ ਕਰੀਏ ਨਾ ਇੱਥੇ ਵੀ ਸਰੂਰ ਕਿੱਥੋਂ ਮਿਲਦਾ, ਜੇ ਆਪਾਂ ਆਮ ਦੁਨੀਆਂ ਨੂੰ ਕਰੀਏ ਕਿਸੇ ਸੱਥ 'ਚ ਖੜ ਕੇ ਸਵਾਲ ਕਰੀਏ, ਕੋਈ ਕੋਈ ਚਿੱਟਾ ਪੀ ਕੇ ਮਿਲਦਾ, ਕਹਿੰਦੇ ਆ ਕੋਈ ਕਹੂ ਭੁੱਕੀ ਅਫੀਮ ਖਾ ਕੇ ਮਿਲਦਾ, ਕੋਈ ਕਹੂਗਾ ਸ਼ਰਾਬ ਪੀ ਕੇ ਮਿਲਦਾ ਸਰੂਰ, ਕੋਈ ਕਿਵੇਂ ਕੋਈ ਕਿਵੇਂ, ਅੱਡੋ ਅੱਡ ਭਾਵਨਾ, ਕੋਈ ਆਖੂ ਨੱਚ ਕੇ ਮਿਲਦਾ, ਕੋਈ ਆਖੂ ਗਾ ਕੇ ਮਿਲਦਾ, ਕੋਈ ਕਿੱਦਾਂ ਕੋਈ ਕਿੱਦਾਂ। ਪਰ ਜਦੋਂ ਆਪਾਂ ਗੁਰੂ ਨੂੰ ਪੁੱਛਿਆ ਵੀ ਸਰੂਰ ਕਿਵੇਂ ਮਿਲਦਾ, ਆਨੰਦ ਸਰੂਰ ਸ਼ਾਂਤੀ ਇਹ ਕਿਵੇਂ ਮਿਲਦੀ ਹੈ ਤੇ ਕਿੱਥੋਂ ਮਿਲਦੀ ਆ, ਗੁਰੂ ਸਾਹਿਬ ਕਹਿੰਦੇ ਉੱਦਮੀ ਬਣ ਜਾ ਤੇ ਉੱਦਮ ਸਾਡੇ ਜੀਵਨ ਚੋਂ ਖਤਮ ਆ ਜਾ। ਜੇ ਉੱਦਮ ਖਤਮ ਆ, ਉਪਰਾਲਾ ਖਤਮ ਆ, ਤੇ ਤਾਂਹੀਓ ਅਸੀਂ ਆਨੰਦ ਤੋਂ ਵਾਂਝੇ ਆ। ਹੁਣ ਇਸ ਗੱਲ ਨੂੰ ਨਾ ਆਪਣੇ ਧਿਆਨ 'ਚ ਲਿਆਓ ਸਾਰੇ, ਆਪਾਂ ਉੱਦਮ ਕਰਤ ਆਨੰਦ ਭਇਆ, ਤੇ ਜਿਹੜੀ ਆਨੰਦ ਦੀ ਦਾਤ ਆ ਨਾ, ਸਰੂਰ ਦੀ ਦਾਤ ਆ, ਸ਼ਾਂਤੀ ਦੀ ਦਾਤ ਆ, ਇਹ ਉਪਰਾਲੇ ਵਾਲੇ ਬੰਦੇ ਕੋਲ ਆ। ਤੇ ਜਿਹੜਾ ਉਪਰਾਲੇ ਵਾਲਾ ਬੰਦਾ ਉਹ ਕਿੰਨਾ ਕੰਮ ਕਰਦਾ ਹਨਾ, ਤੇ ਜਿੰਨਾ ਕੰਮ ਕਰਦਾ ਓਨਾ ਹੀ ਉਹ ਸਕੂਨ ਦੇ ਵਿੱਚ ਆ, ਸ਼ਾਂਤੀ 'ਚ ਆ। ਜਿਹੜਾ ਹੱਥੀਂ ਕਿਰਤ ਕਰਦਾ ਆਪਣੀ ਹੱਕ ਹਲਾਲ ਦੀ ਕਮਾਈ ਕਰਦਾ, ਜਿਹੜਾ 2 ਨੰਬਰ ਦੀ ਕਮਾਈ ਕਰਦਾ ਗੱਲ ਉਹਦੀ ਨਹੀਂ, ਜਿਹੜਾ ਸਿਰਫ ਤੇ ਸਿਰਫ 1 ਨੰਬਰ ਦੀ ਕਮਾਈ ਕਰਦਾ, ਕੋਈ ਵੀ ਹੈ ਜੀ, ਆਪਣੀ ਹੱਡ ਭੰਨਵੀ ਕਮਾਈ ਕਰਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਆਨੰਦ ਵਿੱਚ ਆ ਭਾਈ। ਉਹਦੀ ਜ਼ਿੰਦਗੀ 'ਚ ਅਸ਼ਾਂਤੀ ਨਹੀਂ ਹੈ, ਉਹ ਬਿਲਕੁਲ ਸ਼ਾਂਤ ਚਿੱਤ ਹੈ, ਸ਼ਾਂਤ ਚਿੱਤ। ਉਦਮ ਕਰਤ ਆਨੰਦ ਭਇਆ, ਅੱਗੇ ਲਿਖਿਆ ਸਿਮਰਤ, ਉਹਨੂੰ ਸਿਮਰਦੇ ਆ, ਯਾਦ ਕਰਦੇ ਆ, ਸੁੱਖ ਸਾਰ। ਲੋਕ ਸੁੱਖ ਮੰਗਦੇ ਨੇ, ਹੇ ਰੱਬਾ ਸੁੱਖ ਦੇ ਦੇ, ਮੰਗਦੇ ਆ ਨਾ, ਮੈਂ ਵੀ ਮੰਗਦਾ, ਤੁਸੀਂ ਮੰਗਦੇ ਹੋ। ਕਹਿੰਦੇ ਜੇ ਤੂੰ ਉਹ ਮਾਲਕ ਪਰਮੇਸ਼ਰ ਪਰਮਾਤਮਾ ਦੇ ਆਖੇ ਲੱਗ ਜਾਵੇ ਨਾ, ਗੁਰੂ ਸਾਹਿਬ ਕਹਿੰਦੇ ਕਹਿੰਦੇ ਉਹ ਤੈਨੂੰ ਸੁੱਖਾਂ ਦਾ ਖਜ਼ਾਨਾ ਹੀ ਦੇ ਦੂਗਾ, ਮਾਲਕ ਬਣਾ ਦੂਗਾ ਤੈਨੂੰ। ਦੇਖ ਲਾ ਮਾਲਕ ਬਣਨਾ ਕਿ ਭਿਖਾਰੀ ਬਣਨਾ ਗਾ। ਪਰ ਚੇਤਾ ਰੱਖੋ ਸਾਡੀ ਜਿਹੜੀ ਸੋਚ ਆ ਉਹ ਇਹ ਆ ਵੀ ਅਸੀਂ ਭਿਖਾਰੀ ਬਣ ਤੇ ਤੁਲੇ ਹੋਏ ਆ ਮੰਗਣ ਤੇ। ਆਪਾਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਨਾ, ਕੀ ਪੜ੍ਹਦੇ ਹਾਂ, ਕੇਤੇ ਮੂਰਖ ਖਾਹੀ ਖਾਹੀ,
ਕਿੰਨੀ ਲੋਕ ਨੇ ਜਿਹੜੇ ਮੂਰਖਾਂ ਵਾਂਗ ਕਿੰਨਾ ਖਾਈ ਜਾਂਦੇ ਨੇ ਉਹਦਾ ਹਿਸਾਬ ਕਿਤਾਬ ਨਹੀਂ ਰੱਖਦੇ ਮੂਰਖਾਂ ਵਾਂਗ ਖਾਂਦੇ ਆ ਕੇਤੇ ਲੈ ਲੈ ਮੁੱਕਰ ਪਾਹੇ ਕਿੰਨੇ ਉਹ ਲੋਕ ਨੇ ਕਹਿੰਦੇ ਜਿਹੜੇ ਲੈ ਕੇ ਮੁੱਕਰ ਜਾਂਦੇ ਨੇ ਅੱਛਾ ਆਪਣੀ ਨਾ ਆਮ ਹੀ ਗੱਲ ਹੁੰਦੀ ਹੈ ਘਰਾਂ ਦੀ ਕਿਉਂਕਿ ਜਿਹੜਾ ਬੰਦਾ ਚੀਜ਼ ਲੈ ਕੇ ਮੁੱਕਰਦਾ ਤੇ ਉਹਨੂੰ ਦੁਨੀਆਂ ਦੇ ਲੋਕ ਆਂਢੀ ਗੁਆਂਢੀ ਉਹਨੂੰ ਮਾੜਾ ਕਹਿਣ ਲੱਗ ਜਾਂਦਾ ਨਹੀਂ ਯਾਰ ਇਹਦਾ ਸੁਭਾਅ ਨਹੀਂ ਵਧੀਆ ਇਹਦਾ ਵਿਹਾਰ ਨਹੀਂ ਵਧੀਆ ਇਹ ਤਾਂ ਚੀਜ਼ ਲੈ ਕੇ ਨਾ ਮੁੱਕਰ ਜਾਂਦਾ ਹੈਗਾ ਤੇ ਆਪਾਂ ਆਮ ਹੀ ਕਹਿ ਦਿੰਦੇ ਹਾਂ ਮਰੇ ਮੁੱਕਰੇ ਦੀ ਕੋਈ ਦਵਾਈ ਵੀ ਨਹੀਂ ਹੈਗੀ ਆਮ ਜਿਹੀਆਂ ਗੱਲਾਂ ਨਹੀਂ ਹੈ ਨਾ ਜਿਹੜਾ ਮੁੱਕਰਦਾ ਗਾ ਉਹਦੀ ਬਣ ਜਾਂਦੀ ਆ ਆਦਤ ਆਦਤ ਬਣ ਜਾਂਦੀ ਨਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਜਿਹੜਾ ਇੱਥੇ ਇਹੋ ਜਿਹੇ ਕੰਮ ਕਰਦਾ ਕਹਿੰਦੇ ਉਹ ਰੱਬੀ ਅਦਾਲਤ ਵਿੱਚ ਭਾਵ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਕਹਿੰਦੇ ਮੁੱਕਰ ਜਾਂਦਾ ਉੱਥੇ ਮੁੱਕਰ ਜਾਂਦਾ ਉਹਦਾ ਸੁਭਾਅ ਵਿਚਾਰ ਦਾ ਇਹੋ ਜਿਹਾ ਬਣ ਗਿਆ ਮੰਨ ਲਓ ਮੁੱਕਰ ਗਿਆ ਨਾ ਉੱਥੇ ਕੀ ਕਹਿੰਦਾ ਵਾਹਿਗੁਰੂ ਜੀ ਕਹਿੰਦੇ ਤੂੰ ਰੱਬ ਕਹਿੰਦਾ ਨਾ ਤੂੰ ਬੜੇ ਮਾੜੇ ਕੰਮ ਕੀਤੇ ਨੇ ਭਾਈ ਬੰਦਾ ਕਹਿੰਦਾ ਤੈਨੂੰ ਕੌਣ ਕਹਿੰਦਾ ਮਤਲਬ ਬੰਦੇ ਦਾ ਸੁਭਾਅ ਗਾ ਕਿਸੇ ਤੇ ਦਬਾਅ ਪਾਉਣਾ ਡਰਾਉਣਾ ਕਿਸੇ ਨੂੰ ਤੈਨੂੰ ਕੌਣ ਕਹਿੰਦਾ ਕਹਿੰਦੇ ਪਰਮਾਤਮਾ ਹੱਸ ਪਿਆ ਰੱਬ ਜੀ ਹੱਸ ਪਏ ਚਲੋ ਦੂਜਾ ਵਰਕਾ ਫਰੋਲ ਲਿਆ ਭਾਈ ਤੂੰ ਚੋਰੀਆਂ ਵੀ ਕਰਦਾ ਰਿਹਾ ਧੋਖਾ ਵੀ ਕਰਦਾ ਰਿਹਾ ਬੇਈਮਾਨੀ ਵੀ ਕਰਦਾ ਰਿਹਾਗਾ ਤੂੰ ਨਾ ਜੀ ਸੋਨੂੰ ਕੌਣ ਕਹਿੰਦਾ ਮੈਂ ਤਾਂ ਬਾਹਲਾ ਸਿਆਣਾ ਸੀਗਾ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਸੀਗਾ ਸਾਡੇ ਇਲਾਕੇ 'ਚ ਹੀ ਨਹੀਂ ਸੀਗਾ ਮੇਰੇ ਵਰਗਾ ਤਾਂ ਕੋਈ ਰੱਬ ਕਹਿੰਦੇ ਫਿਰ ਹੱਸ ਗਿਆ ਚਲੋ ਮੁੱਕਰ ਗਏ ਤਾਂ ਆਪਾਂ ਉੱਥੇ ਜਿੱਥੇ ਕਿਸੇ ਨੂੰ ਸਾਡੀ ਕਰਤੂਤ ਦਾ ਪਤਾ ਨਾ ਹੋਵੇ ਜਿਹਨੂੰ ਸਾਡੀ ਆਦਤ ਦਾ ਕਰਤੂਤ ਦਾ ਪਤਾ ਉਹਦੇ ਅੱਗੇ ਮੁੱਕਰਿਆ ਨਹੀਂ ਜਾ ਸਕਦਾ ਪਰ ਸੁਭਾਅ ਬਣ ਗਿਆ ਕੀਤੇ ਲੈ ਲੈ ਮੁੱਕਰ ਪਾ ਸੁਭਾਅ ਬਣ ਗਿਆ ਨਾ ਇੱਥੇ ਸੁਭਾਅ ਬਣ ਗਿਆ ਬਚਪਨ ਤੋਂ ਚੀਜ਼ ਲੈ ਲਈ ਮੁੱਕਰ ਗਏ ਲੈ ਲਈ ਮੁੱਕਰ ਗਏ ਰੁਪਈਏ ਲੈ ਲਏ ਮੁੱਕਰ ਗਏ ਪਰ ਸਾਡੇ ਸਿਧਾਂਤ ਵਿੱਚ ਆਉਂਦਾ ਗਾ ਕੀ ਆਉਂਦਾ ਗਾ ਜਿੱਥੇ ਗੁਰੂ ਸਾਹਿਬ ਨੇ ਕਿਹਾ ਨਾ ਆਚਾਰ ਤੇ ਤੇਰਾ ਆਹਾਰ ਤੇਰਾ ਵਿਹਾਰ ਤੇ ਤੇਰੀ ਰਫਤਾਰ ਵਧੀਆ ਹੋਣੀ ਚਾਹੀਦੀ ਆ ਇਹ ਗੁਰਮਤ ਦੇ ਸਿਧਾਂਤ ਵਿੱਚ ਚਾਰ ਗੱਲਾਂ ਆਉਂਦੀਆਂ ਨੇ ਆਚਾਰ ਆਚਰਣ ਇੱਕ ਨੰਬਰ ਦਾ ਹੋਵੇ ਆਚਰਣ ਕਰੈਕਟਰ ਦੂਜੇ ਨੰਬਰ ਤੇ ਆਹਾਰ ਭਾਵ ਤੇਰਾ ਭੋਜਨ ਵਧੀਆ ਹੋਣਾ ਚਾਹੀਦਾ ਖਾਣਾ ਸ਼ੁੱਧ ਹੋਣਾ ਚਾਹੀਦਾ ਤੇ ਅੱਜ ਤਾਂ ਅਸੀਂ ਮਾਫ਼ ਕਰਨਾ ਹੋਰ ਹੀ ਖਾਣਾ ਖਾਣ ਲੱਗ ਗਏ ਤੇ ਨੰਬਰ ਤਿੰਨ ਤੇ ਅਗਲੀ ਗੱਲ ਕਹੀ ਹੈ ਕਿ ਵਿਹਾਰ ਦੀ ਵਿਹਾਰ ਤੋਂ ਭਾਵ ਵਰਤਾਓ ਤੇਰਾ ਵਰਤਾਓ ਕਿਹੋ ਜਾਗਾ ਵਰਤਾਓ ਵੀ ਗੁਰੂ ਸਾਹਿਬ ਕਹਿੰਦੇ ਵਧੀਆ ਹੋਣਾ ਚਾਹੀਦਾ ਵਰਤਾਵ ਮਿਲ ਮਿਲ ਮਿਲਾਪ ਵਧੀਆ ਸੋਹਣਾ ਹੋਣਾ ਚਾਹੀਦਾ ਇਹ ਤੇ ਚੌਥੇ ਨੰਬਰ ਤੇ ਰਫਤਾਰ ਰਫਤਾਰ ਤੋਂ ਭਾਵ ਹੈ ਚਾਲ ਚੱਲਣ ਭਾਵ ਜਦੋਂ ਪਹਿਲੀਆਂ ਤਿੰਨ ਚੀਜ਼ਾਂ ਵਧੀਆ ਨਾ ਤੇ ਰਫਤਾਰ ਤਾਂ ਆਪਣੇ ਆਪ ਹੀ ਵਧੀਆ ਬਣ ਜੂ ਆਪਣੇ ਆਪ ਹੀ ਚਲੋ ਆਪਾਂ ਜਿਹੜੀ ਗੱਲ ਕੀਤੀ ਉਹ ਕੀਤੀ ਹੈ ਕੇਵਲ ਤੇ ਕੇਵਲ ਵਿਹਾਰ ਦੀ ਤੇ ਇੱਥੇ ਵੀ ਗੁਰੂ ਸਾਹਿਬ ਨੇ ਵਿਹਾਰ ਦੀ ਗੱਲ ਕੀਤੀ ਹੈ ਜਿਹੜਾ ਵਿਹਾਰ ਦੇ ਵਿੱਚ ਵਧੀਆ ਬੰਦਾ ਨਾ ਗੁਰੂ ਸਾਹਿਬ ਕਹਿੰਦੇ ਉਹ ਤੇ ਵਾਹਿਗੁਰੂ ਵੀ ਰੱਬ ਵੀ ਖੁਸ਼ ਹੁੰਦਾ ਤੇ ਨਹੀਂ ਆਪਾਂ ਉਹ ਗੱਲ ਕਰ ਹੀ ਰਹੇ ਸੀ ਵੀ ਕੀਤੇ ਲੈ ਲੈ ਮੁੱਕਰ ਪਾਹੇ ਬੰਦੇ ਦਾ ਸੁਭਾਅ ਗਾ ਮੁੱਕਰਨਾ ਕਹਿੰਦੇ ਰੱਬੀ ਅਦਾਲਤ ਵਿੱਚ ਵੀ ਇਹ ਮੁੱਕਰ ਗਿਆ ਕਹਿੰਦੇ ਪਰਮਾਤਮਾ ਫਿਰ ਪਤਾ ਕੀ ਕਹਿੰਦਾ ਚੰਗਾ ਫਿਰ ਤੂੰ ਤਾਂ ਮੁੱਕਰ ਗਿਆ ਹੁਣ ਮੈਂ ਨਾ ਪਲੇ ਕਰਦਾ ਸੀ ਡੀ ਪਲੇ ਕਰਦਾ ਪੈਨ ਡਰਾਈਵ ਪਲੇ ਕਰਦਾ ਗਾ ਮੈਂ ਕਹਿੰਦੇ ਵਾਹਿਗੁਰੂ ਨੇ ਨਾ ਸਾਡੀਆਂ ਕਾਲੀਆਂ ਕਰਤੂਤਾਂ ਵਾਲੀ ਸੀ ਡੀ ਪਲੇ ਕਰਤੀ ਔਨ ਕਰਤੀ ਚੱਲ ਪਈ ਤੇ ਹੁਣ ਕਰਤੂਤਾਂ ਦਿਸਣ ਲੱਗ ਗਈਆਂ ਬੰਦੇ ਨੂੰ ਦਿਸਣ ਲੱਗ ਗਈਆਂ ਨਾ ਹੁਣ ਮੰਨ ਲਓ ਡਾਕਟਰ ਕੋਲ ਜਾ ਕੇ ਕਹਿੰਦਾ ਡਾਕਟਰ ਕਹਿੰਦਾ ਮਿੱਠਾ ਖਾਣਾ ਅਸੀਂ ਕਿਹਾ ਨਾ ਗੁਰਦੇ ਫੇਲ ਹੋਈ ਜਾਂਦੇ ਨੇ ਸ਼ਰਾਬ ਪੀਣਾ ਅਸੀਂ ਕਿਹਾ ਨਾ ਭਾਵ ਲੱਤਾਂ ਬਾਹਾਂ ਦੇ ਵਿੱਚ ਕਮਜ਼ੋਰੀ ਆਈ ਪਈ ਆ ਬੈਬਾਦੀ ਵਾਲੀ ਚੀਜ਼ ਖਾਣਾ ਅਸੀਂ ਕਿਹਾ ਨਾ ਡਾਕਟਰ ਕਹਿੰਦਾ ਮੁੱਕਰਨਾ ਦੇਖ ਤੂੰ ਸਾਰਾ ਕੁਛ ਇਹ ਸੇਵਨ ਕਰਦਾ ਗਾ ਤਾਂਹੀਓ ਤੈਨੂੰ ਬਿਮਾਰੀ ਚੁੰਬੜੀ ਆ ਐਵੇਂ ਨੀ ਬਿਮਾਰੀ ਚੁੰਬੜੀਗੀ ਤਲਿਆ ਫਲਿਆ ਖਾਣਾ ਗਾ ਹਾਂ ਭਾਵ ਇਹ ਸਾਰਾ ਕੁਛ ਖਾਣ ਤੇ ਬੰਦਾ ਮੁੱਕਰ ਰਿਹਾ ਗਾ ਤੇ ਡਾਕਟਰ ਨੇ ਕੀਤਾ ਕਹਿੰਦਾ ਚੰਗਾ ਫਿਰ ਆਪਾਂ ਰਿਪੋਰਟ ਕਰਦੇ ਹਾਂ ਆਪਾਂ ਜਿਵੇਂ ਕੋਈ ਕਰੇ ਵੀ ਮੈਂ ਤਾਂ ਨਸ਼ੇ ਨਹੀਂ ਕਰਦਾ ਗਾ ਤੇ ਫਿਰ ਕੀ ਡੋਪ ਟੈਸਟ ਕਰਵਾ ਜਾਂਦਾ ਵੀ ਟੈਸਟ ਕਰੋ ਇਹਦਾ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ ਗਾ ਤੇ ਜਦੋਂ ਰਿਪੋਰਟ ਦੇ ਵਿੱਚ ਆ ਗਿਆ ਫਿਰ ਮੇਰੇ ਅੱਗੇ ਦਾ ਮੂੰਹ ਨੀਵਾਂ ਹੁੰਦਾ
नीमा हो गया ना इमेज में रब अगे परमात्मा अगे गुरु अगे वह बंदा मुकरदा सी ते रब जी ने डॉप टेस्ट करता कहिंदे आ जा पत्तरा टेस्ट करिए सीढ़ी प्ले करती हुण कालियां करतूतां दिसण लग गईआं ते हुण मूंह हो गया नीमा हुण दस कित्थे जाएगा। ताइयों कबीर साहब ने कहा ना धर्म राय जब लेखा मंगै तब क्या मुख लेके जाएगा फिर केड़ा मुख दिखावेगा भाई जिधर आपने रेखा मंगे ना केड़ा मुंह दिखावेगा उठे आ गल कहती है ना। इस करके गुरु साहब जी कहते फिर वह परमात्मा का ना प्रभु का नाम जपया कर भाई उदा नाम जपण दे नाल मतलब ज्ञान प्राप्त करन दे नाल जिन्ने क चलो माड़े काम मैं भी करदा तुसीं भी करदे जिन्ने क माड़े काम होणगे ना जे नाल दी नाल आपां गुड्डी चले गए नदीन नाल दी नाल मरी जांदे देखो कखां दा उगरना सुभाविक आ पर साडा गोडी करना भी सुभाविक आ जो गोडी फसल दी नहीं करदा ते की हो जांदा कख नदीन उपर दी पै जांदी किसान आखदा थोड़ी आ भी कि कल गुड के हटिया फिर हरे हो गए उन्हें भाव अपने काम जारी रखा कहिंदा कोई गल नहीं आ भाव का काम जारी रखो। इसे करके गुरु साहब जी कहिंदे ना फिर तैनू मैं सुखां दा खजाना दे देवांगा मालक बना देवांगा सिमरत सुख सार वो प्रभु परमात्मा सिमरिया कर तेनू कदे भी कोई औंकड़ नहीं आवेगी। फिर कहा गया जप जप नाम गोबिंद का सब तो वधिया विचार आही है जप जप नाम गोबिंद का पूर्ण विचार पूर्ण सब तो वधिया पूरा विचार गलबात आही है कि प्रभु परमात्मा का नाम जपया कर पाए ठीक है ना। इस करके गुरु साहब जी ने सानू इत्थे हदायत की है पहलियां दो तुकां दे विच दो बंदां दे विच प्रभु परमात्मा दा नाम जप विहार ना माड़ा रख ते उद्यमी बन उपराला करया कर हिम्मत करया कर आलसी ना बन आलस विच बीमारियां ने ते उद्यम विच तंदुरुस्ती है वह जो मर्जी तू ले ला। अगे पातशाह जी जिक्र करदे ने जी जंत सब सुख वसे जी जंत सब सारे सुख वसे सारी सौखे ने कहते सब कै मन लोच सब दे मन दी ए लोच आ ए तांगा ए भावना केड़ी पर उपकार नित चितवते नाही कछ पोच सारे दे भावना तो यही है मैं भी परोपकारी काम करा मैं भी परोपकारी काम करा मैं भी करा पर गुरु साहब जी कहते अगे कहते ना ही कछ पोच ना ही कछ पोच तो भाव की है। फिर गुरु साहब जी जिक्र करते हैं जेड़े जेड़े काम नाम जपन वाले परोपकार कर भलाई के काम करने वाले सोचने हैं ना तो कहते उन्होंने उत्ते पाप आ जेड़ा कोई वो अपना पोचा नहीं मार सकता असर नहीं कर सकता गा उन्होंने किसी तरह का कोई प्रेशर नहीं पै सकता जिन्होंने भले के काम शुरू कर ले अपने अंदर तांग बना ली अपने अंदर भावना बना ली वह तो इं हों जिमें आप भी कह दें भी सोने ते सुहागा बस जिमें कागज बड़े बारी उधार लेती है ना गिला हो जाता कादे नाल पानी नाल कल्ला गिला नहीं होंदा खत्म ही हो जाता गा गल जाता गा ते पर उसे कागज में थोड़ा बहुत ठंडा लग जाए तो उदे पानी नेड़े नहीं लगता। इवें जिवें गुरु साहब जी कहिंदे ना जे तू परोपकारी कामां दे विच पै जावेगा तो परोपकारी काम करन दे नाल ना देख ला पुत तैनू किसी तरह की कोई भी अड़चण नहीं पवेगी पाप ने जिहड़े ये दूर ही रह जा करनगे पापी बिरती पापी ख्याल बुरे ख्याल यह दूर रह जा करनगे फिर तू तो मुक्त हो जाएगा। दोबारा पंक्ति पढ़ दिए आपां जी जंत सब सुख वसे सब कै मन लोच सब दे मन विच ये भावना है किहड़ी पर उपकार नित चित वते रोज पर उपकारी काम करिया कर कदे कदे नहीं ई करने भुली ना फिर की आ ना ही कछ पोच पोच तो भाव पोचा मारना पाप पर उपकारी काम करने वाले बंदे तो दूर हो जाते हैं उत्थे जाके पोचा नहीं मारते सफाइयां नहीं उखाउंदे गे। इसे करके गुरु साहब जी कहते फिर वो शरीर है जिहड़ा वो धनता दे योग बन जाता भाई धन सो थान थान तो भाव थान ओ थान ओ शरीर धनता दे योग है बसंत धन
ਉਹ ਕਦੇ ਵੀ ਕਿਸੇ ਸਮੇਂ ਨੂੰ ਮਾੜਾ ਨਹੀਂ ਕਹਿੰਦੇ। ਦੂਜਾ ਪੁਆਇੰਟ ਉਹਨਾਂ ਚ ਕੀ ਆ ਜਾਂਦਾ ਗਾ, ਉਹ ਕਦੇ ਵੀ ਕਿਸੇ ਸਮੇਂ ਨੂੰ ਮਾੜਾ ਨਹੀਂ ਕਹਿੰਦੇ। ਉਹਨਾਂ ਦੀ ਜ਼ਿੰਦਗੀ 'ਚ ਤਾਂ ਗੱਲ ਹੀ ਖਤਮ ਹੋ ਜਾਂਦੀ ਆ ਵੀ ਕੋਈ ਕਿਹੋ ਜਿਹਾ ਦੇਣਾ ਕਿਹੋ ਜਿਹਾ ਨਹੀਂ ਹੈ। ਨਹੀਂ ਬਾਕੀ ਆਪਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਦੁਨੀਆ ਜਿਹੜੀ ਕੋਈ ਵੀ ਕੰਮ ਆਰੰਭ ਕਰੇ ਤੇ ਜ਼ਰੂਰ ਪੁਜਾਰੀ ਵੱਲੋਂ ਸਿੱਟਿਆ ਹੋਇਆ ਜਿਹੜਾ ਜਾਲ ਆ ਨਾ ਉਹਦੇ ਵਿੱਚ ਇੱਕ ਵਾਰੀ ਜ਼ਰੂਰ ਜਾ ਕੇ ਫਸਦੇ ਆ, ਕੋਈ ਨਹੀਂ ਬਚਦਾ ਉਹ ਤੋਂ। ਕੋਈ ਕੋਈ ਹੈ ਵਿਰਲਾ ਜਿਹੜਾ ਬਚਦਾ ਗਾ, ਜਿਹੜਾ ਬਚਦਾ ਨਾ ਉਹ ਕੋਈ ਕੋਈ ਆ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਆਪਾਂ ਪੁਜਾਰੀ ਦੀ ਚੁੰਗਲ 'ਚ ਨਹੀਂ ਫਸਣਾ, ਜਾਲ 'ਚ ਨਹੀਂ ਫਸਣਾ, ਪਰ ਅਸੀਂ ਫਸ ਜਾਂਦੇ ਹਾਂ, ਕੀ ਕਰੀਏ ਹੈ ਨਾ ਜੀ। ਕੀ ਦੇਣਾ ਅੱਜ, ਕੀ ਹੋਣਾ ਚਾਹੀਦਾ, ਕੀ ਪੰਚਕ, ਕੀ ਗੰਢ ਮੂਲ, ਚਲੋ ਇਹ ਤੁਸੀਂ ਸਾਰਾ ਕੁਛ ਜਾਣਦੇ ਹੋ, ਪਰ ਇੱਥੇ ਗੱਲ ਆ ਗਈ ਵੀ ਗੁਰੂ ਸਾਹਿਬ ਕਹਿੰਦੇ ਅਸੀਂ ਫਸ ਜਾਂਦੇ ਹਾਂ ਤੇ ਨਹੀਂ ਸਾਨੂੰ ਫਸਣਾ ਨਹੀਂ ਚਾਹੀਦਾ। ਧਨ ਸੋ ਥਾਨ ਆ ਸਰੀਰ ਉਹ ਧਨ ਹੈ, ਬਸੰਤ ਧਨ ਉਹਨਾਂ ਲਈ ਸਾਰੀਆਂ ਰੁੱਤਾਂ ਸਾਰੇ ਸਮੇਂ ਧਨਤਾ ਦੇ ਯੋਗ ਨੇ, ਸਲਾਹੁਣ ਯੋਗ ਨੇ, ਉਹ ਨਹੀਂ ਮਾੜਾ ਕਹਿੰਦੇ ਗੇ। ਦੁਨੀਆ ਕਹਿੰਦੀ ਹੈ ਵੀ ਸ਼ਨੀਵਾਰ ਮਾੜਾ, ਦੁਨੀਆ ਕਹਿੰਦੀ ਹੈ ਵੀਰਵਾਰ ਮਾੜਾ, ਦੁਨੀਆ ਕਹਿੰਦੀ ਆ ਆਹ ਦਿਨ ਮਾੜਾ, ਦੁਨੀਆ ਕਹਿੰਦੀ ਆਹ ਦਿਨ ਮਾੜਾ, ਪਰ ਗੁਰੂ ਨਹੀਂ ਕਹਿੰਦਾ, ਪਰਮਾਤਮਾ ਨਹੀਂ ਕਹਿੰਦਾ, ਵਾਹਿਗੁਰੂ ਜੀ ਨਹੀਂ ਕਹਿੰਦੇ ਗੇ। ਉਹ ਤਾਂ ਕੀ ਕਹਿੰਦੇ ਨੇ, ਮਾਂ ਦਿਵਸ ਮੂਰਤ ਭਲੇ, ਸਾਰੇ ਮਹੀਨੇ ਸਾਰੇ ਦਿਨ ਘੜੀ ਪਲ ਵਧੀਆ ਭਲੇ ਨੇ, ਮਾੜਾ ਤਾਂ ਹੀ ਨਹੀਂ ਕੋਈ, ਪਰ ਅਸੀਂ ਕਹਿੰਦੇ ਹਾਂ ਚਲੋ ਵਾਹਿਗੁਰੂ ਭਲਾ ਕਰੇ। ਫਿਰ ਪਾਤਸ਼ਾਹ ਕਹਿੰਦੇ ਨੇ ਜਹਿ ਜਪੀਐ ਨਾਮ, ਜਿੱਥੇ ਪ੍ਰਭੂ ਪਰਮਾਤਮਾ ਦਾ ਨਾਮ ਆ ਜੇ ਉੱਥੇ ਸਾਰਾ ਕੁਛ ਖਤਮ ਹੋ ਜਾਂਦਾ ਗਾ। ਲਾਸਟ ਬੁੱਕ ਵਿੱਚ ਗੁਰਦੇਵ ਪਾਤਸ਼ਾਹ ਜ਼ਿਕਰ ਕਰਦੇ ਨੇ, ਕਥਾ ਕੀਰਤਨ ਅਤ ਘਣਾ ਸੁਖ ਸਹਿਜ ਬਿਸਰਾਮ। ਫਿਰ ਉਹਨਾਂ ਦੇ ਜੀਵਨ ਵਿੱਚ ਕਥਾ ਤੇ ਕੀਰਤਨ ਚੱਲ ਪੈਂਦਾ ਹੈ, ਕਥਾ ਤੇ ਕੀਰਤਨ ਚੱਲ ਪੈਂਦਾ ਭਾਈ ਆਪਣੇ ਆਪ। ਜਿਵੇਂ ਪਹਿਲੀ ਬਾਣੀ ਕੀ ਆ, ਜਪ ਜੀ ਸਾਹਿਬ, ਜਪ ਕਰਨਾ ਪੈਂਦਾ ਤੁਹਾਨੂੰ ਪਤਾ ਸਾਰਿਆਂ ਨੂੰ ਹਨਾ। ਤੇ ਦੂਜੀ ਬਾਣੀ ਦਾ ਨਾਂ ਕੀ ਹੈ, ਜਾਪ। ਪਹਿਲੀ ਦਾ ਨਾਂ ਜਪ, ਦੂਜੀ ਦਾ ਨਾਮ ਜਾਪ। ਜਪ ਕਰਨਾ ਪੈਂਦਾ, ਜਾਪ ਆਪੇ ਹੁੰਦਾ, ਜਪ ਕਰਨਾ ਪੈਂਦਾ, ਜਾਪ ਆਪੇ ਹੁੰਦਾ। ਇੱਥੇ ਵੀ ਗੁਰੂ ਸਾਹਿਬ ਨੇ ਲਿਖਿਆ ਕਹਿੰਦੇ ਉਹਨਾਂ ਦੇ ਜੀਵਨ 'ਚ ਫਿਰ ਆਪੇ ਨਾਮ ਚੱਲ ਪੈਂਦਾ ਆਪੇ। ਜਿਵੇਂ ਗੱਡੀ ਹੈ ਨਾ, ਉਹਨੂੰ ਧੱਕਾ ਲਾ ਕੇ ਸਟਾਰਟ ਕਰਤਾ ਫਿਰ ਆਪੇ ਚੱਲੀ ਜਾਂਦੀ ਸਾਰਾ ਦਿਨ, ਇਵੇਂ ਜਿਵੇਂ ਉਹਨਾਂ ਦੇ ਜੀਵਨ 'ਚ ਆਪੇ ਚੱਲ ਪੈਂਦਾ। ਉਹਨਾਂ ਨੂੰ ਆਪਣੇ ਮਨ ਨੂੰ ਘੇਰਨਾ ਨਹੀਂ ਪੈਂਦਾ ਵੀ ਮੁੜਿਆ ਪਿੱਛੇ ਤੂੰ ਬਹੁਤ ਦੂਰ ਨਾ ਕਿ ਪਿਛਾਂ ਮੁੜਿਆ, ਨਾ ਉਹ ਆਪਣੇ ਆਪ ਉਹ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਨੇਗੇ। ਮਨ ਤੇ ਕਦੇ ਨਾ ਵਿਸਰੈ ਅਨਾਥ ਕੇ ਨਾਥ, ਹੇ ਪ੍ਰਭੂ ਪਰਮਾਤਮਾ ਜੀ ਸਾਡੇ ਅਨਾਥਾਂ ਕੋਲੋਂ ਤੂੰ ਨਾਥ ਹੈ, ਮਾਲਕ ਹੈ, ਮਾਲਕ ਜੀ ਤੇਰਾ ਨਾਮ ਕਦੇ ਨਾ ਵਿਸਰੇ, ਕਦੇ ਵੀ ਨਾ ਵਿਸਰੇ, ਬਸ ਇਹ ਮੇਰੀ ਦਾਤ ਦੀ ਮੰਗ ਹੈ। ਬਸ ਜਿਨ੍ਹਾਂ ਨੂੰ ਆਹ ਦਾਤ ਮਿਲੇਗੀ ਉਹਨਾਂ ਨੂੰ ਸਾਰਾ ਕੁਛ ਹੀ ਭਾਈ ਪ੍ਰਾਪਤ ਹੋ ਗਿਆ। ਨੰਬਰ 2 ਤੇ ਗੁਰੂ ਸਾਹਿਬ ਨੇ ਅੱਜ ਦੇ ਸ਼ਬਦ ਵਿੱਚ ਇਹ ਵੀ ਗੱਲ ਕਹੀ ਆ। ਵੈਸੇ ਚਲੋ ਆਪੋ ਆਪਣੀ ਸਭ ਦੀ ਭਾਵਨਾ ਤੇ ਆਪਾਂ ਰੋਜ਼ਾਨਾ ਹੀ ਬੇਨਤੀ ਵੀ ਕਰਦੇ ਹਾਂ ਵੀ ਹਰ ਇੱਕ ਪ੍ਰਾਣੀ ਨੂੰ ਗੁਰੂ ਅੱਗੇ ਹੀ ਨਮਸਕਾਰ ਕਰਨੀ ਚਾਹੀਦੀ ਆ ਤੇ ਗੁਰੂ ਅੱਗੇ ਹੀ ਅਰਦਾਸ ਕਰਨੀ ਚਾਹੀਦੀ ਆ। ਇਹ ਪਹਿਲੀ ਪੌੜੀ ਆ। ਜਦੋਂ ਤੁਸੀਂ ਵੱਧਦੇ ਜਾਓਗੇ ਨਾ, ਵੱਧਦੇ ਜਾਓਗੇ, ਅੱਗੇ ਲੰਘਦੇ ਜਾਓਗੇ, ਫਿਰ ਤੁਸੀਂ ਕਦੇ ਵੀ ਵਾਹਿਗੁਰੂ ਭਲਾ ਕਰੇ ਗੁਰੂ ਅੱਗੇ ਮਾਫ਼ ਕਰਨਾ। ਆਪਾਂ ਨੇਮ ਦੀ ਰੋਜ਼ ਦੀ ਅਰਦਾਸ ਕਰਦੇ ਹਾਂ, ਹੁਣ ਵੀ ਕਰਾਂਗੇ, ਆਪਾਂ ਰੋਜ਼ ਕਰਦੇ, ਆਪਾਂ ਸੁਬਾਹ ਵੀ ਕਰਦੇ, ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਉਦੋਂ ਵੀ ਕੀਤੀ ਆ, ਉਹ ਇੱਕ ਰੋਜ਼ ਦੀ ਕਿਰਿਆ। ਇਹ ਅਰਦਾਸ ਕਿਹੜੀ ਆ, ਸਾਡੀ ਮੰਗਾਂ ਦੀ। ਜਦੋਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਨਾ, ਜਦੋਂ ਬੰਦੇ ਦੀ ਰੋਜ਼ਾਨਾ ਰੋਜ਼ਾਨਾ ਕਹਿੰਦੇ ਆਪਣੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਹੁੰਦੀ ਗਈ, ਕਹਿੰਦੇ ਫਿਰ ਉਹਦੀ ਰੋਜ਼ ਦੀ ਅਰਦਾਸ ਮੁੱਕ ਜਾਂਦੀ ਆ। ਕੀ ਇਹ ਸੱਚ ਆ? ਹਾਂ ਸੱਚ ਆ। ਕਿਹਨੂੰ ਪੁੱਛਣਾ ਪਊਗਾ? ਆਪਾਂ ਇਹ ਗੱਲ ਪੁੱਛਣੀ ਆ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜਾਂ ਬਾਬਾ ਲਹਿਣਾ ਜੀ, ਜਦੋਂ ਅੰਗਦ ਸਾਹਿਬ ਨਹੀਂ ਬਣੇ ਨਾ, ਉਸ ਅਵਸਥਾ ਦੇ ਵਿੱਚ ਚਲੇ ਜਾਓ ਆਪਾਂ ਬਾਬਾ ਲਹਿਣਾ ਜੀ ਕੋਲ ਚੱਲ ਵੜੀਏ, ਉਹਨੂੰ ਪੁੱਛ ਲਈਏ ਵੀ ਤੁਸੀਂ ਅਰਦਾਸ ਕਰਦੇ ਸੀ। ਉਹ ਕਹਿੰਦਾ ਪਹਿਲੀ ਪਹਿਲੀ ਵਾਰ ਤਾਂ ਮੈਂ ਬਹੁਤ ਅਰਦਾਸਾਂ ਕੀਤੀਆਂ, ਬਹੁਤ ਜ਼ਿਆਦਾ, ਤੇ ਉਦੋਂ ਬਾਅਦ ਤਾਂ ਮੈਂ ਹਟ ਗਿਆ ਅਰਦਾਸਾਂ ਕਰਨ ਨੂੰ, ਨਾ ਹੀ ਅਰਦਾਸ ਕਰੀ ਨਾ ਕਰਾਈ। ਕਿਉਂ? ਕਾਰਨ ਕੀ ਬਣ ਗਿਆ? ਕਹਿੰਦਾ ਫਿਰ ਮੈਂ ਅਰਦਾਸ ਕਰਨ ਨੂੰ ਹਟ ਗਿਆ, ਫਿਰ ਮੈਂ ਮਿਹਨਤ ਕਰਨ ਲੱਗ ਗਿਆ। ਅਰਦਾਸ ਕਰਨ ਨੂੰ ਹਟ ਗਿਆ, ਮਿਹਨਤ ਕਰਨ ਲੱਗ ਗਿਆ। ਹੁਣ ਧਿਆਨ ਦਿਓ, ਬੜਾ ਗਹਿਰਾ ਪੁਆਇੰਟ ਆ ਇਹ।
मान लो जिवें आपां कहिंदे वी आह सिलेबस पहली वालियां दा आह दूजी वालियां दा आह चौथी वालियां दा आह प्लस टू वालियां दा सिलेबस आ आह बी ए वालियां दा बी एड वालियां दा सिलेबस हैगा हुण जिहड़ा बी ए बी एड वालियां दा सिलेबस आ ते जे आपां उह छेवीं अठवीं वालियां नूं देईए उह की मन्नणगे इह साडे हिसाब च नहीं ऐं कहिणगे ना इह नहीं साडे हिसाब च हैगा ते छेवीं अठवीं वालों का सिलेबस आप पहली दूजी वालों ने देईए वह की कहेंगे हिसाब च नहीं साडे चलो माफ करना अपनी अवस्था की है तुहाडी मेरी पहली वालों की आ छेवीं वाले आ अठवीं वाले आ जां बी ए बी एड वाले आ किहड़ा सिलेबस चाहिए आपू मैनू नहीं पता तुहानू खुद नू पता पर मैं एक गल जरूर कहांगा जिहड़ी आ गल लास्ट ते लिया के गुरु साहब ने सानू दस्सती ना इह तां भाई डिग्री वालों का सिलेबस आ जिहड़े डिग्री ते पहुंच गए ना ये तो उन्हां दा सिलेबस हैगा उन्हां दा सोचो असी तां हजे लड़ रहे हैं इत्थे असी तां लड़ रहे हैं साडी तां लड़ाई चल रही है अरदास करन पिछे जां करवाउण पिछे साडी तां लड़ाई चलदी है जंग जारी है ठीक है ना पर सिलेबस की तो जी गुरु साहब ने गल कही है यह डिग्री वालों का बी ए बी एड वालों का सिलेबस है भाई कि गहरा सिलेबस है बहुत गहरा सिलेबस आ गुरु साहब जी कहते मैं तो अरदास करनों हट गया फिर किया की आ असि पुछिए भी किया की आ तू कहना मैं अरदास नहीं की दूजे पातशाह कहते मैं तो मेहनती इन्नी कर लग गया मेहनती इन्नी कर लग गया रब नू तौबा तौबा कर लाता रब नू ना परमात्मा नू हाथ खड़े कराते दूजे पातशाह कहिंदे मैं अरदासां करके नहीं पास होया मैं मेहनत करके पास होया मैं तां रब दे हाथ खड़े कराते इन्नी मेहनत कीती रब नू कहना पै गया चाहींदा की है दस रब नू कहना पै गया ये पॉइंट किहदे ते आ साडे ते आ अज चेता रखियो कोई आईलैट्स करदा कोई डिग्री करदा कोई कुछ करदा हाथ क्यों दिखाउंदा जोत सिंघां नू देख दस्सूंगा मैं कि 6 मिंट लै जाऊंगा दसी बाबे कोल अरदास ही करे बाबा अज मेरा पेपर आ करी अरदास ले बाबा दस तू की करूगा पढ़िया तू नहीं गिड़े तू घत के मुड़िया आ हुण इत्थे दस ना महाराज कुछ करे ना रब कुछ करे कोई टक्का ही नहीं हुंदा गा मेहनत कीती आ जे कीती आ लै जाएगा जे नहीं कीती फिर नहीं भाई ना ना फिर तो मुश्किल आ फिर तो तू रब नूं भी झूठा पाएगा जी मेहनत कीती नहीं रब अगे अरदास करी जाना गुरु अगे अरदास करी जाना अरदास पूरी नहीं होनी ते यकीन की बनूगा जीरो ते जे मेहनत कीती है फिर अरदास करन दी लोड़ नहीं इत्थे दूजे पातशाह कहिंदे मैं तां मेहनती इन्नी कीती बाबे नानक नूं कह लो जां रब नूं कह लो हथ खड़े कराते उहनूं कहना पै गया इक दिन कहिंदा दस की चाहीदा गा हुण इह साडे ते पॉइंट आ असीं भी इन्ने क चंगे बण जाईए वाहिगुरू परमेश्वर परमात्मा दी निगाह च अरदास करन दी लोड़ ही ना पवे रब नूं कहना पै जाए चाहीदा दस की है मैनूं मंग दस तेरी की है बस बोल पा तू माड़ा जिहा असीं कहांगे असीं बोलणा नहीं असीं कहांगे ना फिर वह की कहता गा चंगा जे तू नहीं बोलना फिर बिन बोलिया सब किश जानदा इत्थे अवस्था आ गई ये हुण सिलेबस किहदा गा नोट कर लियो ये तो भाई डिग्री वालों का गा बी ए बी एड वालों का सिलेबस आ ये पहली दूजी वालों नूं समझ नहीं आएगा पहली दूजी वाले तो कहणगे लै इह तां अरदास ते टिप्पणी करदे आ जी वह तां ही कहणगे बेचारे नहीं अरदास ते नहीं मेहनत ते ठीक है ना मालक नू नौकर कवे ना भी मेरी तनखा वधा दे कवे ना ना लोड़ ही ना पवे काम ही इन्ना कर रहा गा मालक अपने आप उहनूं सहूलतां दे जांदा अपने आप ते इक उह भी नौकर आ जिहड़ा मिहनतां करदा ना तनखा वधा दे आ सहूलत दे दे आ कुछ कर दे आ कुछ कर दे मतलब मिहनत कर रहे हैंगे गुरु साहब कहिंदे मिहनत नहीं मेहनत कर मेहनत नहीं मेहनत कर लफज इको जी आ मिहनत ते मेहनत थोड़ा जी फर्क हैगा बदला पॉइंट नूं मिहनत नहीं मेहनत कर भाई मेहनत रंग लियावेगी ते आरंभ विच की सीगा उद्यम उद्यम करत आनंद भया फिर जिन्हां ने उद्यम किया ना उन्हां दा जीवन ही आनंदमई आ इत्थे भाव जिन्हां ने वेले वे के धूने लाया ना उन्हां नूं बख्शा नहीं बख्शियां उन्हां नूं होणियां जिन्हां ने दिन रात मेहनत की दिन रात जिन्हों आपां कह लईए एक कीती है ठीक है ना
फिर पाशा जी कहते नानक प्रभ शरणागति जाके सब किश हाथ वह वाहगुरु परमेश्वर दे सब कुछ हाथ विच है ते असी वह मालक नाल जुड़े रहिए प्रभु परमात्मा की बाणी नाल जुड़िए बाणी नूं विचारीए ते नाम परमेश्वर दे नाल जुड़ के रहिए तां साडा भला है सब दा भला होवे गुरु साहब कृपा करन इसे तरह से जुड़े रहिए धन्नवाद जी वाहिगुरु जी का खालसा वाहिगुरु जी की फतेह राम कली महला तीजा।